ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ ਆਓ ਸੁਣੋ ਸੁਣਾਈਏ ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ ਆਓ ਸੁਣੋ ਸੁਣਾਈਏ ਇਹ ਸਾਰੀ ਦੁਨੀਆ ਗਿਆਨ ਦਾ ਸਾਗਰ ਜਿਸ ਨੂੰ ਮੰਨੇ ਆਓ ਸੁਣੋ ਸੁਣਾਈਏ ਜੀ ਕਿਤਾਬਾਂ ਦੇ ਕੁਝ ਪੰਨੇ ਆਓ ਸੁਣੋ ਸੁਣਾਈਏ ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਮੈਂ ਹਾਂ ਸਰਬਜੀਤ ਸਿੰਘ ਦੋਸਤੋ ਹਾਜ਼ਰ ਹਾਂ ਪ੍ਰੋਗਰਾਮ ਲੈ ਕੇ ਕਿਤਾਬਾਂ ਦੇ ਪੰਨੇ ਇਸ ਪ੍ਰੋਗਰਾਮ ਵਿੱਚ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਕੁਝ ਉੱਚ ਕੋਟੀ ਦੀਆਂ ਕਿਤਾਬਾਂ ਦਾ ਪਾਠ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸ਼ੁਰੂ ਕਰ ਰਹੇ ਹਾਂ ਨਾਨਕ ਸਿੰਘ ਹੁਣਾਂ ਦੀ ਲਿਖੀ ਪੁਸਤਕ ਮੇਰੀ ਦੁਨੀਆ ਇਸ ਕਿਤਾਬ ਦੇ ਪ੍ਰਕਾਸ਼ਕ ਹਨ ਨਾਨਕ ਸਿੰਘ ਪੁਸਤਕ ਮਾਲਾ ਦੇ ਕੁਲਬੀਰ ਸਿੰਘ ਸੂਰੀ ਇਹ ਕਿਤਾਬ ਨਾਨਕ ਸਿੰਘ ਨੇ ਦੋ ਬੱਚੀਆਂ ਨੂੰ ਇਹ ਕਹਿ ਕੇ ਭੇਟ ਕੀਤੀ ਹੈ ਮੇਰੀ ਨੰਨੀ ਭੈਣ ਕੱਲੋ ਮੇਰੀ ਬਦਨਸੀਬ ਬੱਚੀ ਅਜ਼ੀਜ਼ਾਂ ਪਤਾ ਨਹੀਂ ਤੁਸੀਂ ਦੋਵੇਂ ਕਿੱਥੇ ਹੋ ਇਸ ਦੁਨੀਆ ਵਿੱਚ ਹੋ ਕਿ ਦੂਸਰੀ ਦੁਨੀਆ ਵਿੱਚ ਪਰ ਜਿੱਥੇ ਵੀ ਤੁਸੀਂ ਹੋਵੋ ਆਪਣੇ ਦਾਦਾ ਦੀ ਆਪਣੇ ਬਾਪੂ ਜੀ ਦੀ ਇਹ ਭੇਟ ਕਬੂਲ ਕਰਨੀ ਇਹ ਕਿਤਾਬ ਪੰਜ ਹਿੱਸਿਆਂ ਵਿੱਚ ਵੰਡੀ ਹੋਈ ਹੈ ਪਹਿਲਾ ਹਿੱਸਾ ਹੈ ਬਚਪਨ ਤੋਂ ਜਵਾਨੀ ਤੱਕ ਦੂਸਰਾ ਜੀਵਨ ਰਾਹਾਂ 'ਤੇ ਮਿਲੇ ਕੁਝ ਵਿਅਕਤੀ ਤੀਸਰਾ ਸੰਨ 47 ਦੇ ਅਸਰਾਂ ਹੇਠ ਚੌਥਾ ਫੁਟਕਲ ਅਤੇ ਪੰਜਵਾਂ ਮੇਰਾ ਘਰੋਗੀ ਜੀਵਨ ਇਸ ਕਿਤਾਬ ਦੇ ਮੁੱਖ ਬੰਦ ਵਿੱਚ ਨਾਨਕ ਸਿੰਘ ਇਸ ਪੁਸਤਕ ਬਾਰੇ ਕੁਝ ਇਸ ਤਰ੍ਹਾਂ ਲਿਖਦੇ ਹਨ ਮੇਰੀ ਦੁਨੀਆ ਦਾ ਪਹਿਲਾ ਸੰਸਕਰਨ ਸੰਨ 1949 ਵਿੱਚ ਛਪਿਆ ਸੀ ਅਤੇ ਉਸ ਤੋਂ ਮਗਰਲੇ ਦੋ ਸੰਸਕਰਨ ਦੋ ਦੋ ਸਾਲਾਂ ਦੀ ਵਿੱਥ ਪਾ ਕੇ ਪਰ ਜਦੋਂ ਚੌਥਾ ਐਡੀਸ਼ਨ ਛਾਪਣ ਦਾ ਸਮਾਂ ਆਇਆ ਤਾਂ ਉੱਚਰ ਤੀਕ ਮੇਰੀ ਜ਼ਿੰਦਗੀ ਵਿੱਚ ਹੋਰ ਵੀ ਬੜਾ ਕੁਝ ਆ ਚੁੱਕਾ ਸੀ ਜਿਸ ਨੂੰ ਪੁਸਤਕ ਵਿੱਚ ਸ਼ਾਮਲ ਕਰਨ ਦਾ ਮੇਰਾ ਇਰਾਦਾ ਸੀ ਪਰ ਕਈ ਸਾਲਾਂ ਤੱਕ ਇਹ ਮਾਮਲਾ ਖੱਟੇ ਹੀ ਪਿਆ ਰਿਹਾ ਦਰਜ਼ੀ ਲਈ ਨਵਾਂ ਕੱਪੜਾ ਸਿਉਂ ਲੈਣਾ ਸੌਖਾ ਹੁੰਦਾ ਹੈ ਪਰ ਸਿਉਂਤੇ ਹੋਏ ਨੂੰ ਮੁੜ ਉਧੇੜ ਕੇ ਵੱਡਾ ਕਰਨਾ ਉਸ ਲਈ ਖਾਸੀ ਸਿਰਦਰਦੀ ਬਣ ਜਾਂਦੀ ਹੈ ਬਸ ਕੁਝ ਇਹੋ ਜਿਹਾ ਹੀ ਮੇਰਾ ਹਾਲ ਸੀ ਸੰਭਵ ਸੀ ਹਾਲੇ ਵੀ ਇਹ ਕੰਮ ਇਲਤਵਾਂ ਵਿੱਚ ਪਿਆ ਰਹਿੰਦਾ ਪਰ ਬਹੁਤ ਚਿਰ ਤੋਂ ਕਿਤਾਬ ਮਾਰਕੀਟ ਵਿੱਚ ਖਤਮ ਹੋਣ ਕਰਕੇ ਇਸ ਦੀ ਮੰਗ ਜ਼ਿਆਦਾ ਸੀ ਅਤੇ ਮੇਰਾ ਪ੍ਰਕਾਸ਼ਕ ਹੱਥ ਧੋ ਕੇ ਮਗਰ ਪੈ ਗਿਆ ਜਿਸ ਕਰਕੇ ਇਹ ਕਸੀਦਾ ਛੋਹਣਾ ਹੀ ਪਿਆ ਛੇਕੜ 62 ਸਾਲਾਂ ਦੀ ਉਮਰ ਕਾਫ਼ੀ ਲੰਮੀ ਹੁੰਦੀ ਹੈ ਜਿਸ ਦੇ ਰਾਹਾਂ ਉੱਤੇ ਖਿਲਰੀਆਂ ਹੋਈਆਂ ਆਪ ਬੀਤੀਆਂ ਦਾ ਜੇ ਭੋਰਾ ਭੋਰਾ ਵੀ ਚੁੱਗ ਕੇ ਇਕੱਠਾ ਕੀਤਾ ਜਾਵੇ ਤਾਂ ਹੱਸੀ ਖਾਸੀ ਝੋਲ ਭਰ ਕੱਤੇਗੀ ਇਸ ਲੇਖੇ ਜੇ ਮੈਂ ਚਾਹਾਂ ਕਿ ਇੰਨੇ ਕੁ ਵਰਕਿਆਂ ਰਾਹੀਂ ਆਪਣੀ ਸਮੁੱਚੀ ਦੁਨੀਆ ਪਾਠਕਾਂ ਦੀ ਦ੍ਰਿਸ਼ਟੀ ਗੋਚਰ ਕਰਦਿਆਂ ਤਾਂ ਇਹ ਅਣਹੋਣੀ ਗੱਲ ਹੈ ਨਾਲੇ ਇੱਕ ਗੱਲ ਹੋਰ ਹੈ ਜ਼ਿੰਦਗੀ ਵਿਚਲਾ ਸਭੋ ਕੁਝ ਤਾਂ ਦਿਲਚਸਪ ਜਾਂ ਕਾਮ ਆਮਦ ਨਹੀਂ ਹੁੰਦਾ ਕਿ ਇੱਕ ਵੱਢੇ ਹੀ ਸਾਰਾ ਕੁਝ ਆਦਮੀ ਦਿਖਾਉਂਦਾ ਚਲਾ ਜਾਵੇ ਜੋ ਜਿੰਨਾ ਕੁਝ ਵੀ ਮੈਨੂੰ ਦਿਖਾਲਣ ਯੋਗ ਜਾਪਿਆ ਉਸ ਨੂੰ ਰੋਲ ਛਾਂਟ ਕੇ ਦੱਸਣ ਦਾ ਯਤਨ ਕੀਤਾ ਹੈ ਫਿਰ ਵੀ ਇਸ ਗੱਲ ਉੱਤੇ ਹੱਠ ਨਹੀਂ ਕਰ ਸਕਦਾ ਕਿ ਇਸ ਕਿਤਾਬ ਵਿੱਚ ਆਇਆ ਸਾਰਾ ਕੁਝ ਹੀ ਦਿਖਾਲਣ ਯੋਗ ਹੈ ਸੰਭਵ ਹੈ ਅਜੇ ਵੀ ਇਸ ਵਿਚਲਾ ਕਾਫ਼ੀ ਕੁਝ ਪਾਠਕਾਂ ਨੂੰ ਬੇਲੋੜਾ ਜਾਪੇ ਮੇਰੀ ਦੁਨੀਆ ਵਿੱਚ ਲਿਆਂਦੇ ਗਏ ਲੇਖ ਕੋਈ ਕਹਾਣੀਆਂ ਨਹੀਂ ਕਿ ਸਰ ਪਰ ਉਹਨਾਂ ਵਿੱਚੋਂ ਸਵਾਦ ਹੀ ਆਵੇ ਕਿਉਂਕਿ ਨਿਰਾ ਸਵਾਦ ਦੇਣਾ ਹੀ ਇਸ ਦੇ ਲਿਖਣ ਦਾ ਮਨੋਰਥ ਨਹੀਂ ਮੈਂ ਤਾਂ ਆਪਣੀ ਜੀਵਨੀ ਦੇ ਕੁਝ ਉਹ ਟੁਕੜੇ ਦਿਖਾਲਣ ਦਾ ਯਤਨ ਕੀਤਾ ਹੈ ਜਿਨ੍ਹਾਂ ਤੋਂ ਸਮੇਂ-ਸਮੇਂ ਮੈਂ ਪ੍ਰਭਾਵਿਤ ਹੋਇਆ ਅਤੇ ਪ੍ਰਭਾਵਿਤ ਹੋ ਕੇ ਕਿਸੇ ਨਾ ਕਿਸੇ ਰੂਪ ਵਿੱਚ ਨਾਵਲ ਲਿਖਣ ਲਈ ਮੈਨੂੰ ਪ੍ਰੇਰਣਾ ਮਿਲੀ ਜਿਹੜਾ ਆਦਮੀ ਆਪਣੇ ਮੁੱਢਲੇ ਦਿਨੀ ਜ਼ੀਰੋ ਤੋਂ ਵੱਧ ਕੁਝ ਨਹੀਂ ਸੀ ਉਸ ਨੂੰ ਜੇ ਕੁਝ ਘਟਨਾਵਾਂ ਜਾਂ ਪ੍ਰਸਥਿਤੀਆਂ ਨੇ ਜ਼ੀਰੋ ਤੋਂ ਹਿੰਸਾ ਬਣਾ ਦਿੱਤਾ ਹੈ ਤਾਂ ਅਵਸ਼ਯ ਹੀ ਇਹਨਾਂ ਨੂੰ ਪੜ੍ਹ ਕੇ ਮੇਰੇ ਪਾਠਕਾਂ ਨੂੰ ਵੀ ਕੁਝ ਨਾ ਕੁਝ ਲਾਭ ਤਾਂ ਪਹੁੰਚੇਗਾ ਐਸਾ ਹੀ ਮੇਰਾ ਖਿਆਲ ਹੈ ਕਿਤਾਬ ਵਿੱਚ ਆਈਆਂ ਕੁਝ ਘਟਨਾਵਾਂ ਜਾਂ ਵਾਕਿਆਤ ਐਸੇ ਵੀ ਪਾਠਕ ਦੇਖਣਗੇ ਜਿਹੜੇ ਸ਼ਾਇਦ ਸਵਾਦ ਦੇ ਪੱਖੋਂ ਕਿਸੇ ਕਹਾਣੀ ਜਿੰਨਾ ਅਸਰ ਰੱਖਦੇ ਹੋਣ ਪਰ ਇਸ ਗੱਲ ਦਾ ਮੈਂ ਯਕੀਨ ਦਿਵਾਉਂਦਾ ਹਾਂ ਕਿ ਹੈਨ ਉਹ ਵੀ ਮੇਰੀਆਂ ਹੱਡ ਬੀਤੀਆਂ ਇਹ ਗੱਲ ਵੱਖਰੀ ਹੈ ਕਿ ਕਈਆਂ ਪਾਠਕਾਂ ਨੂੰ ਉਹਨਾਂ ਬਾਰੇ ਕਲਪਿਤ ਹੋਣ ਦਾ ਭੁਲੇਖਾ ਲੱਗ ਜਾਏ ਕਹਿੰਦੇ ਨੇ ਭੰਡ ਜੇ ਕਦੀ ਪੀੜ ਨਾਲ ਕਰਾਹ ਵੀ ਰਿਹਾ ਹੋਵੇ ਤਾਂ ਵੇਖਣ ਵਾਲੇ ਉਹਨੂੰ ਤਮਾਸ਼ਾ ਹੀ ਖਿਆਲ ਕਰਦੇ ਨੇ ਮੈਨੂੰ ਵੀ ਡਰ ਹੈ ਕਿ ਕਿਤੇ ਮੇਰੇ ਨਾਲ ਵੀ ਇਹੋ ਜਿਹਾ ਸਲੂਕ ਨਾ ਹੋਵੇ ਮਤੇ ਕੋਈ ਆਖੇ ਕਿ ਇਹ ਤਾਂ ਕਹਾਣੀ ਜਾਪਦੀ ਹੈ
ਪਰ ਐਸਾ ਸਮਝਣ ਵਾਲੇ ਪਾਠਕ ਮੇਰੇ ਨਾਲ ਭਾਰੀ ਅਨਿਆਂ ਕਰਨਗੇ। ਹਰ ਕਿਸੇ ਦੀ ਆਪੋ ਆਪਣੀ ਇੱਕ ਦੁਨੀਆ ਹੁੰਦੀ ਹੈ, ਪਰ ਹਰ ਕਿਸੇ ਦੀ ਦੁਨੀਆ ਨੂੰ ਹੀ ਜਨਤਕ ਤੌਰ 'ਤੇ ਅਹਿਮੀਅਤ ਨਹੀਂ ਦਿੱਤੀ ਜਾ ਸਕਦੀ, ਬਲਕਿ ਕੇਵਲ ਉਹਨਾਂ ਦੀ ਹੀ ਦੁਨੀਆ ਵਿੱਚ ਝਾਤੀ ਪਾਉਣ ਦੀ ਲੋਕਾਂ ਨੂੰ ਖਿੱਚ ਹੁੰਦੀ ਹੈ ਜਿਨ੍ਹਾਂ ਨੇ ਆਪਣੀ ਦੁਨੀਆ ਨੂੰ ਕਿਸੇ ਨਾ ਕਿਸੇ ਪੱਖੋਂ ਸਮਾਜਿਕ ਦੁਨੀਆ ਨਾਲ ਜੋੜ ਲਿਆ ਹੋਵੇ। ਇੱਕ ਤੁੱਛ ਜਿਹਾ ਲਿਖਾਰੀ ਹੋਣ ਦੇ ਨਾਤੇ ਕਿੰਨਾ ਕੁ ਮੈਂ ਆਪਣੇ ਆਪ ਨੂੰ ਸਮਾਜ ਨਾਲ ਜੋੜਿਆ ਜਾਂ ਕਿੰਨਾ ਕੁ ਮੈਂ ਆਪਣਾ ਸਮਾਜਿਕ ਫਰਜ਼ ਪੂਰਾ ਕਰ ਸਕਿਆ ਹਾਂ। ਸੰਭਵ ਹੈ ਇਸ ਕਸੌਟੀ ਉੱਤੇ ਮੈਂ ਪਾਠਕਾਂ ਦੀ ਉਮੀਦ ਨਾਲੋਂ ਕੱਸਾ ਉਤਰਿਆ ਹੋਵਾਂ, ਪਰ ਫਿਰ ਵੀ ਇੰਨੀ ਗੱਲ ਆਖਣ ਦੀ ਜ਼ਰੂਰਤ ਕਰ ਸਕਦਾ ਹਾਂ ਕਿ ਮਾੜਾ ਭਾਵੇਂ ਚੰਗਾ, ਜਿੰਨਾ ਕੁਝ ਵੀ ਮੈਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਇਆ ਹੈ, ਇਮਾਨਦਾਰੀ ਨਾਲ ਨਿਭਾਇਆ ਹੈ। ਸਮਾਜਿਕ ਪੱਖੋਂ ਤਾਂ ਜਿਹੜਾ ਮਾੜਾ ਚੰਗਾ ਮੈਥੋਂ ਬਣ ਆਇਆ ਉਹ ਜਨਤਾ ਦੇ ਸਾਹਮਣੇ ਪਹਿਲਾਂ ਹੀ ਆ ਚੁੱਕਾ ਹੈ, ਜਦਕਿ ਮੇਰੀਆਂ ਲਿਖਤਾਂ ਨੂੰ ਲੋਕ ਇੱਕ ਲੰਮੇ ਸਮੇਂ ਤੋਂ ਪੜ੍ਹਦੇ ਚਲੇ ਆ ਰਹੇ ਨੇ। ਪਰ ਇਹ ਕਿਤਾਬ ਲਿਖਣ ਦਾ ਮੇਰਾ ਮੁੱਖ ਮਨੋਰਥ ਇਹ ਸੀ ਕਿ ਮੈਂ ਵਿਅਕਤੀਗਤ ਤੌਰ 'ਤੇ ਆਪਣੀ ਦੁਨੀਆ ਉਹਨਾਂ ਨੂੰ ਦਿਖਾਉਣ ਦਾ ਯਤਨ ਕਰਾਂ, ਮਤੇ ਇਸ ਵਿੱਚੋਂ ਕਿਸੇ ਨੂੰ ਕੋਈ ਪ੍ਰੇਰਣਾ ਮਿਲ ਸਕਦੀ ਹੋਵੇ। ਆਪਣੀ ਦੁਨੀਆ ਦੇ ਜਿਹੜੇ ਜਿਹੜੇ ਬੂਹੇ ਬਾਰੀਆਂ ਮੈਂ ਖੋਲ੍ਹ ਕੇ ਦਿਖਾਏ ਨੇ, ਨਿਸੰਗ ਅਤੇ ਨਿਝੱਕ ਹੋ ਕੇ ਦਿਖਾਏ ਨੇ। ਬਿਲਕੁਲ ਮੈਂ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਕਿ ਅੰਦਰਲੀ ਕਿਸੇ ਅਣਭਾਉਂਦੀ ਚੀਜ਼ ਉੱਤੇ ਪੱਲਾ ਸੁੱਟ ਕੇ ਦਰਸ਼ਕ ਅੱਖਾਂ ਤੋਂ ਓਹਲੇ ਕਰਦਿਆਂ, ਜਾਂ ਫਿਰ ਕਿਸੇ ਸਧਾਰਨ ਦਿਸਦੀ ਚੀਜ਼ ਨੂੰ ਪਾਲਿਸ਼ ਨਾਲ ਚਮਕਾ ਕੇ ਅਸਾਧਾਰਨ ਰੂਪ ਵਿੱਚ ਪੇਸ਼ ਕਰਾਂ। ਜੋ ਕੁਝ ਜੈਸਾ ਕੁਝ ਵੀ ਬੂਹਿਆਂ ਬਾਰੀਆਂ ਪਿੱਛੇ ਹੈ ਸੀ, ਚੁਫੱਟ ਤਾਕਾਂ ਨੂੰ ਖੋਲ੍ਹ ਕੇ ਦ੍ਰਿਸ਼ਟੀ ਗੋਚਰ ਕਰ ਦਿੱਤਾ ਹੈ। ਜੀਵਨ ਨਦੀ ਦਾ ਪਾਰਲਾ ਕੰਢਾ ਅਜੇ ਕਿੰਨਾ ਕੁ ਦੂਰ ਜਾਂ ਨੇੜੇ ਹੈ ਨਹੀਂ ਕਹਿ ਸਕਦਾ, ਪਰ ਦਿਲ ਵਿੱਚ ਇੱਕ ਸੱਧਰ ਹੈ ਕਿ ਅੰਤਲੇ ਸਵਾਸ ਤੱਕ ਕੁਝ ਨਾ ਕੁਝ ਕਰਦਾ ਚਲਾ ਜਾਵਾਂ। ਕਈ ਵਾਰੀ ਲਿਖਦਿਆਂ ਲਿਖਦਿਆਂ ਐਵੇਂ ਇੱਕ ਝੱਲਾ ਜਿਹਾ ਵਿਚਾਰ ਆ ਕੇ ਪਰੇਸ਼ਾਨ ਕਰਨ ਲੱਗ ਪੈਂਦਾ ਹੈ, ਜੇ ਅੱਜ ਭਲਕੇ ਹੀ ਮੌਤ ਆ ਜਾਵੇ ਤਾਂ ਕੀ ਮੇਰਾ ਇਹ ਹਥਲਾ ਨਾਵਲ ਅਧੂਰਾ ਹੀ ਰਹਿ ਜਾਏਗਾ? ਅਤੇ ਮੇਰੇ ਦਿਲੋਂ ਇੱਕ ਜ਼ਬਰਦਸਤ ਕਾਮਨਾ ਉੱਠਣ ਲੱਗ ਪੈਂਦੀ ਹੈ, ਰੱਬਾ, ਰੱਬ ਦਾ ਵਾਸਤਾ ਹੀ, ਇਸ ਨੂੰ ਖਤਮ ਕਰਨ ਤੋਂ ਪਹਿਲਾਂ ਨਾ ਮੈਨੂੰ ਮੌਤ ਦਾ ਮੂੰਹ ਵਿਖਾਈਂ, ਮਗਰੋਂ ਖੁਸ਼ੀ ਨਾਲ ਭੇਜ ਦਈਂ ਸੁ। ਬੜੀ ਕੋਸ਼ਿਸ਼ ਕੀਤੀ ਹੈ ਕਿ ਲੇਖਾਂ ਨੂੰ ਲੜੀਵਾਰ ਅਤੇ ਸਮੇਂ ਦੀ ਤਰਤੀਬ ਅਨੁਸਾਰ ਰੱਖਾਂ, ਪਰ ਜਾਪਦਾ ਹੈ ਇਸ ਵਿੱਚ ਮੈਂ ਪੂਰੇ ਤੌਰ 'ਤੇ ਸਫਲ ਨਹੀਂ ਹੋ ਸਕਿਆ। ਕਈਆਂ ਥਾਵਾਂ 'ਤੇ ਵਿੱਕੋ ਲਿਤਰਾਪਨ ਆ ਹੀ ਗਿਆ ਜਾਪਦਾ ਹੈ। ਅਸਲ ਵਿੱਚ ਬੜਾ ਘੌਲੀ ਕਿਸਮ ਦਾ ਆਦਮੀ ਹਾਂ ਮੈਂ, ਡਾਇਰੀ ਰੱਖਣ ਜਾਂ ਯਾਦਾਸ਼ਤਾਂ ਨੋਟ ਕਰਨ ਦੀ ਆਦਤ ਹੀ ਨਹੀਂ। ਜੇ ਕਦੀ ਕੌੜ ਖਾ ਕੇ ਇਹ ਸਿਲਸਿਲਾ ਆਰੰਭਿਆ ਵੀ ਤਾਂ ਤੋੜ ਕਦੀ ਨਹੀਂ ਚੜ੍ਹ ਸਕਿਆ। ਇੱਕ ਵਾਰੀ ਸਰਦਾਰ ਗੁਰਬਖਸ਼ ਸਿੰਘ ਹੋਰਾਂ ਦੀ ਛਾਪੀ ਹੋਈ ਪ੍ਰਣ ਪੁਸਤਕ ਭਰਨ ਦਾ ਪ੍ਰਣ ਕਰ ਬੈਠਾ, ਅਤੇ ਮੁੱਢਲਾ ਹਫ਼ਤਾ ਡੇਢ ਹਫ਼ਤਾ ਦਾ ਖੂਬ ਧਿਆਨ ਨਾਲ ਰੋਜ਼ਾਨਾ ਲਿਖਦਾ ਰਿਹਾ, ਪਰ ਉਸ ਤੋਂ ਬਾਅਦ ਉਹੀ ਚੰਦਰੀ ਆਦਤ ਗਲਬ ਆ ਗਈ। ਲਿਖਣਾ ਤਾਂ ਕਿਤੇ ਰਿਹਾ, ਕਿਤਾਬ ਦਾ ਹੀ ਪਤਾ ਨਾ ਲੱਗਾ ਕਿ ਕਿੱਧਰ ਗੁਆਚ ਗਈ। ਇਸ ਉੱਤੇ ਇੱਕ ਮੁਸੀਬਤ ਹੋਰ ਹੈ ਕਿ ਮੈਂ ਅੱਤ ਦਰਜੇ ਦਾ ਭੁਲੱਕੜ ਹਾਂ, ਰਾਤੀ ਰੋਟੀ ਕਾਹਦੇ ਨਾਲ ਖਾਧੀ ਸੀ ਦੂਜੇ ਦਿਨ ਚੇਤਾ ਹੀ ਨਹੀਂ ਰਹਿੰਦਾ। ਇਹੋ ਜਿਹੇ ਆਲਸੀ ਅਤੇ ਭੁਲੱਕੜ ਆਦਮੀ ਦੀ ਲੂਲੀ ਲੰਗੜੀ ਯਾਦ ਸ਼ਕਤੀ ਕਿੱਥੋਂ ਤੱਕ ਪੂਰੀਆਂ ਪਾ ਸਕਦੀ ਸੀ? ਸੋ ਆਪਣੇ ਉਦਾਰ ਪਾਠਕਾਂ ਪਾਸੋਂ ਆਸ ਕਰਦਾ ਹਾਂ ਕਿ ਪੁਸਤਕ ਵਿੱਚ ਹੋਈਆਂ ਭੁੱਲਾਂ ਚੁੱਕਾਂ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਇਸ ਨਿਗੂਣੇ ਜਿਹੇ ਮੇਰੇ ਪੁਰਸ਼ਾਰਥ ਨੂੰ ਸਵੀਕਾਰ ਕਰਨ। ਸ਼ੁਭ ਚਿੰਤਕ, ਨਾਨਕ ਸਿੰਘ, ਪੰਜਾਬ ਸਿੰਘ ਸਟਰੀਟ, ਅੰਮ੍ਰਿਤਸਰ, 15 ਨਵੰਬਰ 1959। ਦੋਸਤੋ, ਇਹ ਸੀ ਇਸ ਪੁਸਤਕ ਦਾ ਮੁੱਖ ਬੰਦ, ਜਿਸ ਦਾ ਸਿਰਲੇਖ ਸੀ ਪੁਸਤਕ ਬਾਰੇ। ਅਤੇ ਆਓ ਪੜ੍ਹਦੇ ਹਾਂ ਇਸ ਪੁਸਤਕ ਦਾ ਪਹਿਲਾ ਅਧਿਆਇ। ਇਸ ਪੁਸਤਕ ਦੇ ਪਹਿਲੇ ਅਧਿਆਇ ਦਾ ਸਿਰਲੇਖ ਹੈ ਮੇਰੀ ਮਾਂ। ਸੱਚ ਪੁੱਛੋ ਤਾਂ ਮੇਰੇ ਖਾਨਦਾਨ ਵਿੱਚ ਕੁਝ ਵੀ ਮੈਨੂੰ ਐਸਾ ਦਿਖਾਈ ਨਹੀਂ ਦਿੰਦਾ ਜਿਸ ਉੱਤੇ ਮੈਂ ਕੋਈ ਉਚੇਚੇ ਫਖਰ ਕਰ ਸਕਾਂ। ਇੱਕ ਲੂਣ ਤੇਲ ਵੇਚਣ ਵਾਲੇ ਦਾ ਪੁੱਤਰ ਜੇ ਫਖਰ ਕਰੇ ਵੀ ਤਾਂ ਕਿਹੜੀ ਗੱਲ ਦਾ? ਪਰ ਕੁਦਰਤ ਦੇ ਉਦਾਰ ਭੰਡਾਰੀ ਨੇ ਕੇਵਲ ਇੱਕ ਹੀ ਐਸੀ ਅਨਮੁੱਲੀ ਦਾਤ ਮੈਨੂੰ ਬਖਸ਼ ਦਿੱਤੀ ਸੀ ਜਿਸ ਉੱਤੇ ਜਿੰਨਾ ਵੀ ਫਖਰ ਕਰਾਂ ਥੋੜ੍ਹਾ ਹੈ, ਅਤੇ ਇਹ ਸੀ ਮੇਰੀ ਬਦਨਸੀਬ ਮਾਂ। ਬਦਨਸੀਬ ਹੀ ਕਹਿਣਾ ਬਣਦਾ ਹੈ ਅਜਿਹੀ ਤੀਵੀਂ ਨੂੰ ਜਿਸ ਨੇ ਆਪਣੀ ਲਗਭਗ ਸਾਰੀ ਹੀ ਉਮਰ ਦੁੱਖਾਂ ਮੁਸੀਬਤਾਂ ਦਾ ਭਾਰ ਢੋਂਦਿਆਂ ਗੁਜ਼ਾਰੀ ਹੋਵੇ। ਪਰ ਬਦਨਸੀਬ ਹੁੰਦੀ ਹੋਈ ਵੀ ਉਹ ਇੰਨੀ ਉੱਚੀ, ਇੰਨੀ ਮਹਾਨ ਸੀ ਕਿ ਜਿਸ ਦੇ ਜੋੜ ਦੀ ਕੋਈ ਹੋਰ ਮਾਂ ਮੈਨੂੰ ਅੱਜ ਤੀਕ ਵਿਖਾਈ ਨਹੀਂ ਦਿੱਤੀ। ਮਾਵਾਂ ਕਿਸ ਨੂੰ ਪਿਆਰੀਆਂ ਨਹੀਂ ਹੁੰਦੀਆਂ? ਫਿਰ ਕੋਈ ਪੁੱਤਰ ਜੇ ਕਹੇ ਕਿ ਮੇਰੀ ਮਾਂ ਮੈਨੂੰ ਬੜਾ ਪਿਆਰ ਕਰਦੀ ਸੀ ਤਾਂ ਇਹ ਤਾਂ ਉਸੇ ਤਰ੍ਹਾਂ ਦੀ ਗੱਲ ਹੈ ਨਾ ਜਿਵੇਂ ਕੋਈ ਕਹੇ ਕਿ ਗੁੜ ਮੈਨੂੰ ਬੜਾ ਮਿੱਠਾ ਲੱਗਦਾ ਹੈ। ਗੁੜ ਦੇ ਸੁਭਾਅ ਵਿੱਚ ਹੀ ਜਿਵੇਂ ਮਿਠਾਸ ਹੈ, ਤਿਵੇਂ ਹੀ ਹਰ ਇੱਕ ਮਾਂ ਦਾ ਮਨ ਹੀ ਵਾਤਸਲਤਾ ਬਣਿਆ ਹੁੰਦਾ ਹੈ। ਪਰ ਮੇਰੀ ਮਾਂ ਨੇ ਨਿਰਾ ਪਿਆਰ ਦੀ ਦੌਲਤ ਨਾਲ ਹੀ ਮੈਨੂੰ ਮਾਲਾਮਾਲ ਨਹੀਂ ਸੀ ਕੀਤਾ, ਉਸਨੇ ਮੈਨੂੰ ਹੋਰ ਵੀ ਬੜਾ ਕੁਝ ਦਿੱਤਾ
ਜਿਸ ਕਰਕੇ ਆਪਣੀ ਮਾਂ ਉੱਤੇ ਮੈਂ ਕੁਝ ਜ਼ਿਆਦਾ ਹੀ ਫਕਰ ਕਰ ਸਕਦਾ ਹਾਂ। ਉਹ ਇੱਕ ਸਧਾਰਨ ਜਿਹੇ ਖੱਤਰੀ ਘਰਾਣੇ ਵਿੱਚੋਂ ਸੀ ਅਤੇ ਮਾਪਿਆਂ ਦੀ ਇਕਲੌਤੀ ਸੰਤਾਨ ਹੋਣ ਕਰਕੇ ਲਾਡਾਂ ਮਲਾਰਾਂ ਵਿੱਚ ਪਲੀ ਸੀ, ਪਰ ਸਹੁਰੇ ਘਰ ਆ ਕੇ ਵਿਚਾਰੀ ਨੂੰ ਮੁੱਢਲੇ ਕੁਝ ਵਰਿਆਂ ਨੂੰ ਛੱਡ ਕੇ ਸਾਰੀ ਉਮਰ ਕਸ਼ਟਾਂ ਨਾਲ ਘੋਲ ਕਰਨਾ ਪਿਆ। ਅਤੇ ਇਹ ਵੀ ਕੋਈ ਅਲੋਕਾਰ ਗੱਲ ਨਹੀਂ ਸੀ, ਜਦਕਿ ਉਸ ਵਰਗੀਆਂ ਹੋਰ ਵੀ ਅਣਗਿਣਤ ਤੀਵੀਆਂ ਇਹਨਾਂ ਰਾਹਾਂ ਥਾਣੀ ਹੀ ਲੰਘ ਕੇ ਉਮਰ ਕੱਟਦੀਆਂ ਨੇ। ਪਰ ਮੇਰੀ ਮਾਂ ਵਿੱਚ ਕਸ਼ਟ ਸਹਾਰਨ ਦੀਆਂ ਜਿਹੜੀਆਂ ਵਿਸ਼ੇਸ਼ਤਾਈਆਂ ਸਨ, ਉਹ ਕੁਝ ਵੱਖਰੀ ਹੀ ਕਿਸਮ ਦੀਆਂ ਸਨ, ਜਿਨ੍ਹਾਂ ਨੇ ਮੇਰੇ ਜੀਵਨ ਨੂੰ ਇੰਨਾ ਪ੍ਰਭਾਵਿਤ ਕੀਤਾ। ਪਿਤਾ ਮੇਰਾ ਪੇਸ਼ਾਵਰ ਰਹਿੰਦਾ ਸੀ ਅਤੇ ਵਿਆਹ ਤੋਂ ਬਾਅਦ ਮੇਰੀ ਮਾਂ ਨੇ ਕਈ ਵਰੇ ਵਤਨ ਵਿੱਚ ਹੀ ਗੁਜ਼ਾਰੇ ਸਨ। ਕਦੀ ਵਰੇ ਸ਼ਮਾਈ ਮੇਰਾ ਪਿਤਾ ਵਤਨਾਂ ਵੱਲ ਫੇਰਾ ਪੈਂਦਾ ਅਤੇ ਆਪਣੀ ਖੱਟੀ ਕਮਾਈ ਦਾ ਕੁਝ ਹਿੱਸਾ ਪਤਨੀ ਦੀ ਝੋਲੀ ਪਾ ਕੇ 4 ਦਿਨ 10 ਦਿਨ ਰਹਿਣ ਤੋਂ ਬਾਅਦ ਵਾਪਸ ਪੇਸ਼ਾਵਰ ਚਲਾ ਜਾਂਦਾ, ਅਤੇ ਜਾਂਦਾ ਹੋਇਆ ਉਹ ਹਰ ਵਾਰੀ ਉਹਨੂੰ ਲਾਰਾ ਲਾ ਜਾਂਦਾ ਕਿ ਅਗਲੇ ਫੇਰੇ ਤੈਨੂੰ ਜ਼ਰੂਰ ਨਾਲ ਲੈ ਚੱਲਾਂਗਾ। ਅਤੇ ਇੰਜ ਅਗਲੇ ਫੇਰੇ ਦੀ ਉਡੀਕ ਵਿੱਚ ਉਹ ਵਿਚਾਰੀ ਦਿਨ ਗਿਣ ਗਿਣ ਕੇ ਸਮਾਂ ਬਿਤਾਉਂਦੀ ਰਹਿੰਦੀ। ਹਰ ਵਾਰੀ ਇਹ ਅਗਲਾ ਫੇਰਾ ਹੋਰ ਅਗਲੇ ਫੇਰੇ ਦੀ ਤਾਂਘ ਲਾ ਕੇ ਖਤਮ ਹੋ ਜਾਂਦਾ। ਮੈਂ ਆਪਣੇ ਭੈਣਾਂ ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸਾਂ, ਜਿਸ ਕਰਕੇ 8 ਵਰਿਆਂ ਦੀ ਉਮਰੇ ਹੀ ਪਿਤਾ ਜੀ ਮੈਨੂੰ ਆਪਣੇ ਨਾਲ ਪੇਸ਼ਾਵਰ ਲੈ ਗਏ। ਪੇਸ਼ਾਵਰ ਵਿੱਚ ਸ਼ਹਿਰ ਅਤੇ ਸਦਰ ਦੋ ਵੱਖੋ ਵੱਖ ਆਬਾਦੀਆਂ ਸਨ। ਸ਼ਹਿਰ ਦੇ ਹਿੰਦੂ ਸਿੱਖ ਵਸਨੀਕ ਤਾਂ 90% ਪਿਸ਼ੌਰੀਏ ਹੋਣ ਕਰਕੇ ਪੁਸ਼ਤਾਂ ਦਰ ਪੁਸ਼ਤਾਂ ਤੋਂ ਉੱਥੇ ਹੀ ਆਬਾਦ ਸਨ, ਪਰ ਸਦਰ ਦੇ ਹਿੰਦੂ ਸਿੱਖਾਂ ਦੀ ਸਾਰੀ ਆਬਾਦੀ ਪਰਦੇਸੀ ਸੀ, ਪੋਠੋਹਾਰੀ, ਦੁਆਬੀਏ, ਮੁਲਤਾਨੀ ਅਤੇ ਮਾਰਵਾੜੀ। ਸ਼ੁਰੂ ਵਿੱਚ ਇਹ ਲੋਕ ਉਸ ਪਠਾਣਾਂ ਦੇ ਮੁਲਕ ਵਿੱਚ ਟੱਬਰ ਕਬੀਲਾ ਨਹੀਂ ਸਨ ਲੈ ਕੇ ਜਾਂਦੇ, ਪਰ ਫਿਰ ਮਗਰੋਂ ਦੇਖਾ ਦੇਖੀ ਇਹ ਰੁਕਾਵਟ ਹਟ ਗਈ ਅਤੇ ਲੋਕੀਂ ਆਪਣਾ ਬਾਲ ਬੱਚਾ ਲਿਜਾਣ ਲੱਗ ਪਏ, ਜਿਨ੍ਹਾਂ ਵਿੱਚ ਮੇਰਾ ਪਿਤਾ ਵੀ ਸ਼ਾਮਲ ਸੀ। ਬੜੀਆਂ ਉਡੀਕਾਂ ਅਤੇ ਤਰਸੇਵਿਆਂ ਤੋਂ ਬਾਅਦ ਇੱਕ ਸਮਾਂ ਆਇਆ ਜਦੋਂ ਸਾਡੀ ਬੇਬੇ ਨੂੰ ਉਸ ਧਰਤੀ 'ਤੇ ਪੈਰ ਰੱਖਣਾ ਨਸੀਬ ਹੋਇਆ ਜਿਸ ਬਾਬਤ ਉਹ ਹਮੇਸ਼ਾ ਆਪਣੇ ਪਤੀ ਤੋਂ ਸੁਣਦੀ ਰਹਿੰਦੀ ਸੀ। ਬਈ ਉੱਥੇ ਅਨਾਰਾਂ, ਅੰਗੂਰਾਂ ਅਤੇ ਸਰਦਿਆਂ ਦੀ ਇਸ ਤਰ੍ਹਾਂ ਰੁਲ ਪਈ ਰਹਿੰਦੀ ਏ ਜਿਵੇਂ ਮੂਲੀਆਂ ਗਾਜਰਾਂ ਦੀ। ਬੱਚਿਆਂ ਨੂੰ ਨਾਲ ਲੈ ਕੇ ਉਹ ਚਾਈ ਉਸ ਅੰਗੂਰਾਂ ਅਤੇ ਸਰਦਿਆਂ ਵਾਲੇ ਮੁਲਕ ਵਿੱਚ ਜਾ ਪਹੁੰਚੀ। ਪਰ ਅਭਾਗਨੀ ਨੂੰ ਨਹੀਂ ਸੀ ਪਤਾ ਕਿ ਜਿਸ ਦੇ ਪੁਰਸ਼ਾਰਥ ਨਾਲ ਉਸਨੂੰ ਅੰਗੂਰਾਂ ਅਨਾਰਾਂ ਦੀ ਪ੍ਰਾਪਤੀ ਹੋਣੀ ਸੀ, ਨੇੜੇ ਹੀ ਕਿਤੇ ਮੌਤ ਦਾ ਫਰਿਸ਼ਤਾ ਲੁੱਕ ਕੇ ਖਲੋਤਾ ਉਸਨੂੰ ਇਸ਼ਾਰਿਆਂ ਨਾਲ ਆਪਣੀ ਵੱਲ ਸੱਦ ਰਿਹਾ ਹੈ। ਸੱਦਰਾਂ ਅਤੇ ਉਮੰਗਾਂ ਦੇ ਦਿਨ ਘੜੀਆਂ ਪਲਾਂ ਵਾਂਗ ਬੀਤ ਜਾਇਆ ਕਰਦੇ ਨੇ। ਵਤਨ ਵਿੱਚ ਰਹਿੰਦਿਆਂ ਜੇ ਮੇਰੀ ਮਾਂ ਲਈ ਇੱਕ ਇੱਕ ਦਿਨ ਸਾਲ ਸਾਲ ਦਾ ਬੀਤਦਾ ਸੀ, ਤਾਂ ਹੁਣ ਇੱਕ ਇੱਕ ਸਾਲ ਇੱਕ ਇੱਕ ਦਿਨ ਜਿੱਡਾ ਹੋ ਕੇ ਬੀਤਣ ਲੱਗਾ। ਗਿਣਤੀ ਦੇ 2 ਜਾਂ 2.5 ਸਾਲ ਅੱਖ ਫਰਕਾਰੇ ਦੀ ਢਿੱਲ ਵਿੱਚ ਲੰਘ ਗਏ। ਪੋਹ ਦਾ ਛੇਕੜਲਾ ਪੱਖ ਸੀ, ਹਰ ਪਾਸੇ ਕੋਹਰਾ ਛਾਇਆ ਹੋਇਆ ਸੀ। 3 ਸੰਤਾਨਾਂ ਦੀ ਮਾਂ ਆਪਣੀ 4th ਸੰਤਾਨ ਨੂੰ ਜਨਮ ਲੈਣ ਲਈ ਪ੍ਰਸੂਤ ਮੰਜੇ 'ਤੇ ਪਈ ਸੀ, ਜਿਸ ਦੇ ਨਾਲ ਵਾਲਾ ਮੰਜਾ ਉਸਦੇ ਪਤੀ ਨੇ ਮੱਲਿਆ ਹੋਇਆ ਸੀ, ਜਿਹੜਾ ਪਰਸੋਂ ਸ਼ਾਮੀ ਇੱਕ ਅਰਥੀ ਨਾਲ ਗਿਆ ਅਤੇ ਨਹਾਉਣ ਤੋਂ ਬਾਅਦ ਝੱਟ ਹੀ ਨਮੋਨੀਏ ਦਾ ਸ਼ਿਕਾਰ ਹੋ ਗਿਆ ਸੀ। ਰਾਤ ਦੇ 3ਜੇ ਪੈਰ ਪੁੱਤਰ ਨੇ ਜਨਮ ਲਿਆ ਅਤੇ 4ਥੇ ਪੈਰ ਪਿਓ ਨੇ ਦਮ ਤੋੜ ਦਿੱਤਾ। ਮਾਨੋ ਇਹ 4ਥੀ ਸੰਤਾਨ ਉਸ ਤੀਵੀਂ ਦੇ ਸੁਹਾਗ ਲਈ ਮੌਤ ਦਾ ਪਰਵਾਨਾ ਬਣ ਕੇ ਆਈ ਸੀ। ਜਨਮ ਸੰਸਕਾਰ ਅਤੇ ਮ੍ਰਿਤਕ ਸੰਸਕਾਰ ਇੱਕੋ ਮਹੂਰਤ ਵਿੱਚ ਹੋਏ। ਕੱਲ੍ਹ ਤੀਕ ਜਿਹੜਾ ਘਰ ਸੋਨੇ ਦੀ ਲੰਕਾ ਸੀ, ਅੱਜ ਮਿੱਟੀ ਦਾ ਢੇਰ ਬਣ ਗਿਆ। ਇੱਧਰ ਇਹ ਭਾਣਾ ਵਰਤਿਆ ਅਤੇ ਉੱਧਰ ਮੇਰੇ ਪਿਤਾ ਦੇ ਦੋਵੇਂ ਭਰਾ, ਇੱਕ ਉਸ ਤੋਂ ਵੱਡਾ ਅਤੇ ਇੱਕ ਉਸ ਤੋਂ ਛੋਟਾ, ਬਿੱਲੀ ਦੇ ਭਾਣੇ ਛਿੱਕਾ ਟੁੱਟਾ ਦੀ ਮਿਸਾਲ ਸਿੱਧ ਕਰਨ ਲੱਗ ਪਏ। ਦਿਨ ਚੜ੍ਹਨ ਤੋਂ ਪਹਿਲਾਂ ਹੀ ਦੁਕਾਨ ਅਤੇ ਘਰ ਦੀ ਫੋਲਾ ਫਾਲੀ ਕਰਕੇ ਜੋ ਵੀ ਉਹਨਾਂ ਦੇ ਹੱਥ ਲੱਗਾ ਅੰਦਰ ਖਾਨੇ ਹਿੱਸੇ ਵੱਖਰੇ ਕਰਕੇ ਲੈ ਗਏ। ਹੱਥ ਰੋਕਣ ਵਾਲਾ ਜੇ ਕੋਈ ਸੀ ਤਾਂ ਉਹੀ ਬਦਨਸੀਬ ਤੀਵੀਂ ਜਿਹੜੀ ਉਸ ਵੇਲੇ ਬੇਹੋਸ਼ੀ ਦੀ ਹਾਲਤ ਵਿੱਚ ਪ੍ਰਸੂਤ ਘਰ ਵਿੱਚ ਪਈ ਸੀ। 3ੇ ਭਰਾ ਆਪੋ ਆਪਣੇ ਥਾਂ ਵੱਖੋ ਵੱਖ ਰਹਿੰਦੇ ਸਨ। ਇਹਨਾਂ ਦਾ ਪਿਓ ਯਾਨੀ ਮੇਰਾ ਬਾਬਾ ਆਪਣੇ ਜਿਉਂਦਿਆਂ ਹੀ ਤਿੰਨਾਂ ਨੂੰ ਹਿੱਸੇ ਆਉਂਦਾ ਇੱਕੋ ਜਿਹਾ ਵਿਰਸਾ ਵੰਡ ਕੇ ਦੇ ਗਿਆ ਸੀ, ਪਰ ਭਾਗਾਂ ਦਾ ਗੁਣਾ ਵਿਚਕਾਰਲੇ ਵੱਲ ਪਿਆ, ਜਿਹੜਾ 10-15 ਸਾਲਾਂ ਵਿੱਚ ਹੀ ਆਪਣੇ ਦੁਕਾਨਦਾਰੀ ਦੇ ਕੰਮ ਵਿੱਚੋਂ ਚੰਗਾ ਸੌਖਾ ਹੋ ਗਿਆ। ਅਤੇ ਦੂਸਰੇ ਦੋਹਾਂ ਦੀ ਉਹੀ ਹਾਲਤ ਸੀ, ਤਲੀ ਮੈਂ ਆਇਆ ਗਲੀ ਮੈਂ ਖਾਇਆ। ਸ਼ਾਇਦ ਇਸੇ ਕਰਕੇ ਦੋਹਾਂ ਦੀਆਂ ਨੀਤਾਂ ਭੁੱਖੀਆਂ ਹੋ ਗਈਆਂ ਸਨ। ਪਤੀ ਦੀ ਮੌਤ ਤੋਂ ਬਾਅਦ 4 ਯਤੀਮ ਬੱਚਿਆਂ ਦੀ ਉਸ ਅਭਾਗਨੀ ਮਾਂ ਨੇ ਇੱਕ ਬੜੀ ਭਾਰੀ ਭੁੱਲ ਕੀਤੀ। ਭਾਈਚਾਰੇ ਨੇ ਉਹਨੂੰ ਬਥੇਰਾ ਸਮਝਾਇਆ ਕਿ ਬਈ ਉਹ ਦੁਕਾਨ ਨੂੰ ਵੇਚ ਵੱਟ ਕੇ ਜਿਹੜਾ 5-7 ਹਜ਼ਾਰ ਰੁਪਇਆ ਇਕੱਠਾ ਹੋਵੇ ਆਪਣੀ ਮੁੱਠ ਵਿੱਚ ਕਰੇ ਅਤੇ ਬੱਚਿਆਂ ਨੂੰ ਲੈ ਕੇ ਵਤਨ ਚਲੀ ਜਾਵੇ। ਪਰ ਉਹ ਅਣਖੀਲੀ ਤੀਵੀਂ ਰਜ਼ਾਮੰਦ ਨਾ ਹੋਈ। ਉਹ ਕਹਿੰਦੀ, ਮੈਂ ਆਪਣੇ ਪਤੀ ਦੇ ਤਾਜ ਤਖ਼ਤ ਨੂੰ ਪਿੱਠ ਵਿਖਾਲ ਕੇ ਚਲੀ ਜਾਵਾਂ? ਇਹ ਕਦੀ ਨਹੀਂ ਹੋ ਸਕਦਾ। ਮੇਰੇ ਪੁੱਤਰਾਂ ਦੇ ਜਵਾਨ ਹੋਣ ਵਿੱਚ ਕਿਹੜਾ ਚਿਰ ਲੱਗਣਾ?
मैं अपने पति की गद्दी नूं हर कीमत ते कायम रखांगी। ताए चाचे ही अखीर दुकान दे मुंतजिम थापे गए। भूंडा नूं गुड़ दी रखवाली लई मुकर्र कर दिता गया ते नतीजा दिनां विच ही सारी दौलत फूंफां हो गई। सब कुछ रखवालियां दे ढिड्डां विच पै गया। उस दा वड्डा पुत्तर इहो ही जिस दी कलम इस वेले बीतियां दे फोलणे फोल रही है अपने पिता की मौत वेले 10-11 वरियां दा सी ते जद कुछ सालां बाद उसनूं दुनिया दे चढ़ावां उतारां दी थोड़ी बहुती सूझ होई तां अपने आले दुआले उन्हें की वेख्या। गुरबत, निराशा, विश्वास घात ते चिंता दी स्याही नाल धौंख्या होया वर्तमान ते अन्ना हनेरा भविष्य। साडी बेबे जिथे हद तों ज़्यादा जिंदा दिल सी उत्थे घरोगी कम्मां विच वी घट स्याणी नहीं सी। इत्थों तक कि कारोबारी मामलों विच वी ओह मेरी ते मेरे छोटे भरा दी सब तों वड्डी सलाहकार सी, जिस करके असीं दोवें भरा रिड़दे खिड़दे शिकड़ माड़ा मोटा पैरां ते खड़े हो ही गए। कम कार किसे हद तक चलन लग पिया। बेबे दी गरीब नवाजी दा यह हाल सी कि घर विच खाण नूं होवे भावें ना होवे किसे लोड़वंद दी लोड़ पूरी कीते बिना उसनूं चैन नहीं सी आउंदा। मैनूं याद है जदों वह घर दी ड्योढ़ी विच चरखा कत्तन बैठदी तां आटे जां दाणियां दा शिक्कू भर के अपनी पीढ़ी हेठ रख लैंदी सी तां जो बूहे आया कोई सवाली निराश ना चला जावे। दुकान विच सरमाया नाम मात्र ही रह गया सी जिस दी कमी नूं पूरा करन लई बेबे ने अपना सब छाप छला वेच सुटिया सी। पर सब तों वड्डी मुश्किल इह आ बणी कि चाचे दी हिरस साडी कोई पेश नहीं सी जान दिंदी। साडियां लगभग सारियां सामियां नूं वर्ग ला के उसने अपने वल कर लिया सी ते होर भी हर हीले वह साडे लई वबाल ले जान बणिया रहिंदा सी। उत्तों उत्तों लोकां नूं दिखाण लई उह साडा हमदर्द सी पर अंदर खाने साडे कारोबार नूं चौड़ करन दा उन्हें कोई भी हीला बाकी ना छड्डिया। ताया साडा उदों किते बाहर रहिंदा सी। मैं दस रहा सां कि मेरी माँ किन्नी गरीब नवाज सी जिस दियां मिसालां जे इत्थे पेश करन लगा तां सैकड़े सफ़े भर कत्तन। उस दी आत्मक उच्चता, उस दे स्वै संजम ते उस दी इस्तरीयत दा सब तों वड्डा चमत्कार जिहड़ा मैं वेख्या जिसने ना केवल माँ लई ही सगों संसार भर दी इसरी जाति लई मेरे अंदर सदीवी सतिकार पैदा कर दिता। वह एक ऐसी घटना सी जिस दा अफसोस कि मैं इत्थे वर्णन नहीं कर सकदा इस लई कि उस दे नाल एक मनहूस ते जलील हस्ती दा भी जिक्र करना पैंदा है जिस दा ना तां मैं कदी अपनी जबान ते लियाउणा चाहुंदा हाँ ते ना ही कलम दी नोक ते। हाँ अवश्य ही एक वारी भुल्ले चुके मैं उस दा संखेप जिहा जिक्र अपने नावल दूर किनारे दी भूमिका विच कर बैठा सां। एक जां दो नहीं कई साल मेरी प्यारी अम्मी उस दैंत दी एक हैवानी करनी ते अपनी सतीतव रख्या दा फल भुगतन लई मंजे ते अड्डियां रगड़दी रही। उस दियां दोवें लत्तां गोड्यां तों हेठों टुट चुकियां सन। मैं समझदा हाँ कि जे मेरे जीवन दा कोई सफल हिस्सा बीतिया है तां उही कुछ साल जद मैं दिन रात अपनी अपाहज माँ दी सेवा च जुटिया रहिंदा सां। इत्थों तक कि टट्टी पेशाब भी मैं अपनी हत्थीं उसनूं कराउंदा ते चुकदा सां। इस दुनिया पासों जे मैनूं रजवां माण सतकार मिलिया है, जे मैनूं सुशील पत्नी मिली है, जे मैनूं आग्याकार संतान मिली है तां मेरा 100% यकीन है कि यह सब कुछ मेरी अम्मी दियां उन्हां असीसां दा फल है जिहड़ियां वह मैनूं उदों देंदी हुंदी सी जदों मैं उस अपाहज की सेवा कर रहा हुंदा सां। की तुसीं यकीन कर सकदे हो कि एक 5 जमातां पढ़िया होया मुंडा एडे रुतबे ते पहुँच सकदा जे उसके पिछे किसी सती का आशीर्वाद ना हुंदा। दोस्तो तुसीं सुन रहे सी नानक सिंह दी लिखी पुस्तक मेरी दुनिया। ए सी इस किताब दा पहला अध्याय। अगले प्रोग्राम विच असीं इसे किताब दा दूसरा अध्याय पढ़ांगे। रब रखा। सुनो सुनाइए जी किताबां दे कुछ पन्ने, आओ सुनो सुनाइए